ਹਾਂਜੀ ਬਾਬਾ ਕੀ ਹਾਲ ਚਾਲ ਹੋ ਵੀਰ ਸਾਰੇ ਵਧੀਆ ਹੋਗੇ ਤੁਹਾਡਾ ਪੈਪੀਰ ਦਾ ਵਾ ਤੇ ਆਪਾਂ ਹਜੇ ਇੱਕ ਹੋਰ ਬਲੌਗ ਲੈ ਕੇ ਪਤਾ ਨਹੀਂ ਬਲੌਗ ਹੋਊਗਾ ਜਾਂ ਨਹੀਂ ਹੋਊਗਾ ਸ਼ੁਰੂ ਤੇ ਕਰ ਲਿਆ ਬਾਕੀ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਵਧੀਆ ਹੋਊਗਾ ਤੇ ਕਰ ਦੇਗਾ ਅਪਲੋਡ ਬਿਕੋਜ਼ ਪਿਛਲੇ ਬਲੌਗ 'ਚ ਯਾਰ ਕਿਆ ਪਿਆਰ ਦਿਖਾਇਆ ਯਾਰ ਤੁਸੀਂ ਖੱਪ ਖਾਨੇ ਨੂੰ ਆਪਣਾ ਕੋਈ ਕੰਟੈਂਟ ਨਹੀਂ ਹੈ ਕੋਈ ਕੁਛ ਨਹੀਂ ਹਾਲੇ ਵੀ ਕੋਈ ਕੰਟੈਂਟ ਨਹੀਂ ਹੈ ਬਸ ਸ਼ੁਰੂ ਕਰ ਲਿਆ ਬਾਕੀ ਦੇਖੋ ਕੀ ਕਰਦੇ ਹਾਂ ਚੱਲੇ ਹਾਂ ਗੱਡੀ ਬਣਾਉਣ ਗੱਡੀ ਆਪਾਂ ਏਜੰਸੀ 'ਚੋਂ ਕਢਾਈ ਸੀ ਸੋ ਦੋ ਤਿੰਨ ਕੰਮ ਪੈਂਡਿੰਗ ਸੀ ਮੈਂ ਕਿਹਾ ਅੱਜ ਕਰ ਲਈਏ ਤੇ ਨਾਲੇ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਵਧੀਆ ਹੋਇਆ ਜੇ ਕੁਛ ਕਰਾਂਗੇ ਅਪਲੋਡ ਨਹੀਂ ਤਾਂ ਨਾ ਸਹੀ ਓਕੇ ਬਾਏ ਮਿਲਦੇ ਹਾਂ ਦੇਖਦੇ ਹਾਂ ਚਲੋ ਹਾਂਜੀ ਹਾਂਜੀ ਸੋ ਪਹੁੰਚ ਗਏ ਫਗਵਾੜੇ ਤੇ ਕੰਮ ਜਿਹੜੇ ਸੀਗੇ ਉਹ ਤੁਹਾਨੂੰ ਦਿਖਾਉਂਦੇ ਹਾਂ ਜਿੱਦਾਂ ਆਪਣੇ ਟਾਇਰ 'ਚ ਲੱਗਾ ਆ ਰਿੰਗ ਜਿਹਦੇ ਉੱਤੇ ਲਾਈਟ ਲੱਗੀ ਆ ਹੈ ਨਾ ਅਤੇ ਇਹ ਇਸ ਵਾਰੀ ਕਰਾਇਆ ਆਪਾਂ ਬ੍ਰੇਕਾਂ ਦਾ ਕੰਮ ਅਤੇ ਬ੍ਰੇਕਾਂ ਕਰਕੇ ਜਿਹੜਾ ਡਰਾਈਵਰ ਸਾਈਡ ਦਾ ਆ ਰਿੰਗ ਉਤਰ ਗਿਆ ਆ ਸੋ ਕਿੰਨੇ ਕੰਮ ਹੈ ਇੱਕ ਇਹ ਆ ਇੱਕ ਇਹਨਾਂ ਉੱਤੇ ਸਟਿੱਕਰ ਲਵਾਉਣੇ ਆ ਦੁਬਾਰਾ ਤੋਂ ਫਿਰ ਵੀਲਾਂ ਦੇ ਉੱਤੇ ਇਹ ਹੋ ਗਿਆ ਇਹ ਹੋ ਗਿਆ ਅਤੇ ਚਾਰ ਪੰਜ ਇਹਦੀ ਵੀਲ ਬੈਲਸਿੰਗ ਵਗੈਰਾ ਵੀ ਪੈਂਡਿੰਗ ਆ ਸੋ ਵੀਲ ਬੈਲਸਿੰਗ ਆਪਾਂ ਤਾਂ ਨਹੀਂ ਕਰਾਈ ਦੀ ਆਹ ਦੇਖੋ ਇੱਧਰ ਰਿੰਗ ਹੈ ਨੀਗਾ ਇਹ ਲਵਾਉਣਾ ਆ ਅਤੇ ਰਿੰਗ ਆ ਪਿਆ ਆ ਸੋ ਜਿਹੜਾ ਜਿਹੜੀ ਆਹ ਸਟਿੱਕਰ ਆ ਇਹ ਆਪਾਂ ਸ਼ੇਕ ਬੰਦ ਕਰਾਈ ਦੇ ਆ ਪ੍ਰੋਪਰ ਅਤੇ ਗੱਲ ਹੋਰ ਨਹੀਂ ਕੋਈ ਸੋਹਣੇ ਲੱਗਦੇ ਆ ਬਸ ਸੋਹਣੇ ਕਰਕੇ ਆਪਾਂ ਨੂੰ ਇੰਨਾ ਖਿਆਲ ਰੱਖਣਾ ਪੈਂਦਾ ਸੋ ਇਹਦੀ ਵੀਲ ਬੈਲਸਿੰਗ ਅਤੇ ਅਲਾਈਨਮੈਂਟ ਪੈਂਡਿੰਗ ਆ ਮੈਂ ਕਿਹਾ ਉਹ ਕਰਾਵਾਂਗੇ ਕਿਉਂਕਿ ਪਹਿਲਾਂ ਰਿੰਗ ਲਵਾ ਲਈਏ ਉੱਤੇ ਦੈਨ ਇਹਦੀ ਵੀਲ ਬੈਲਸਿੰਗ ਅਤੇ ਅਲਾਈਨਮੈਂਟ ਹੋ ਜੂਗੀ ਫਿਰ ਤੋਂ ਆਪਾਂ ਇਹ ਬੰਦ ਕਰਾ ਦੇਣੇ ਆ ਅਤੇ ਹਲੇ ਇੱਕ ਪਿੱਛੇ ਵਾਲਾ ਟਾਇਰ ਦਾ ਪੈਂਚਰ ਵੀ ਲੀਕ ਆ ਹਲੇ ਉਹ ਵੀ ਨਹੀਂ ਪਤਾ ਕੰਮ 'ਤੇ ਕਿੰਨੇ ਖੜੇ ਹੋਏ ਆ ਹੁਣ ਸਮਝ ਨਹੀਂ ਆਉਂਦਾ ਕਿੱਦਾਂ ਸੋ ਕੰਮ 'ਤੇ ਸਮਝ ਨਹੀਂ ਲੱਗਦੇ ਕਿੱਦਾਂ ਕਿੱਦਾਂ ਕਰਾਈਏ ਬਟ ਪਹਿਲਾਂ ਇਹ ਕਰਾਉਣਾ ਜ਼ਰੂਰੀ ਸੀ ਅਤੇ ਅਲਾਈਨਮੈਂਟ ਅਤੇ ਵੀਲ ਬੈਲਸਿੰਗ ਜਿਹੜੇ ਅੱਜ ਕਰਾਉਣੇ ਕਰਾਉਣੇ ਆ ਕਰਾ ਕੇ ਘਰੇ ਵੜਨਾ ਨਹੀਂ ਤਾਂ ਨਹੀਂ ਵੜਨਾ ਦਫਾ ਹੋਵੇ ਵੇ ਹਾਂਜੀ ਹਾਂਜੀ ਸੋ ਪਹੁੰਚ ਗਿਆ ਅੱਜ ਆਪਾਂ ਆਪਣੇ ਭਰਾ ਕੋਲ ਆਪਣਾ ਫਗਵਾੜੇ ਆ ਸੋ ਸੋਨੂੰ ਕਸਟਮ ਕਰੇਜ਼ ਨੰਬਰ ਮੈਂ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਸੋ ਆਪਣਾ ਸਾਰਾ ਕੰਮ ਇੱਥੋਂ ਹੀ ਹੁੰਦਾ ਗੱਡੀ ਦਾ ਪਹਿਲੇ ਦਿਨ ਤੋਂ ਇੱਥੋਂ ਹੀ ਕਰਾਇਆ ਆ ਲਾਈਟਾਂ ਲੂਟਾਂ ਵਾਲਾ ਕੰਮ ਇੰਨਾ ਪਰਫੈਕਟਲੀ ਕੀਤਾ ਕਿ ਜਦੋਂ ਮੈਂ ਦੂਜੀਆਂ ਸ਼ੋਪਸ 'ਤੇ ਜਾਂਦਾ ਬਾਈ ਚਾਂਸ ਚੈੱਕ ਕਰਾਉਣ ਵੀ ਲਾਈਟਾਂ 'ਤੇ ਉਹ ਵੀ ਪੁੱਛਦੇ ਆ ਕਿੱਥੋਂ ਕਰਾਇਆ ਕਿੱਥੋਂ ਨਹੀਂ ਉਹਨਾਂ ਨੇ ਵੀ ਮੈਨੂੰ ਕਿਹਾ ਸੀ ਕਿ ਹਾਂ ਵੀ ਮੈਨੂੰ ਬੰਦੇ ਆ ਦੱਸੀ ਅਸੀਂ ਦੇਖ ਕੇ ਆਉਣਾ ਵੀ ਕਿੱਦਾਂ ਲਾਉਂਦੇ ਆ ਅਤੇ ਕਿੱਦਾਂ ਨਹੀਂ ਬਹੁਤ ਘੈਂਟ ਕੰਮ ਕਰੀਦਾ ਆ ਅਤੇ ਬਾਕੀ ਮੈਂ ਮਹੀਨੇ ਦੋ ਤਿੰਨ ਵਾਰੀ ਆਈ ਆ ਨਾ ਕਿਉਂਕਿ ਮੇਰੀ ਗੱਡੀ ਬਹੁਤ ਚੱਲਦੀ ਆ ਸੋ ਸਰਵਿਸ ਤਾਂ ਮੇਰੀ ਮਹੀਨੇ 'ਚ ਹੋਣੀ ਹੁੰਦੀ ਆ 10,000 ਮੈਂ ਚਲਾ ਜਾਂਦਾ ਮਹੀਨੇ ਸੋ ਉਸ ਤੋਂ ਬਾਅਦ ਮੈਂ ਆਉਣਾ ਹੀ ਆਉਣਾ ਹੁੰਦਾ ਭਾਈ ਕੋਲ ਸੋ ਤੰਗ ਤਾਂ ਵਾਹਵਾ ਹੀ ਕਰੀਦਾ ਚਲੋ ਭਰਾ ਨਾ ਨਹੀਂ ਕਰਦਾ ਉਸੇ ਟਾਈਮ ਸ਼ੁਰੂ ਹੋ ਜਾਂਦਾ ਆ ਅੱਜ ਕੀ ਕੰਮ ਕਰਨਾ ਬਾਬੀ ਆਪਾਂ ਅੱਜ ਆਪਾਂ ਲਾਈਟਾਂ ਕਰਨੀਆਂ ਤੇ ਭਾਈ ਸੈਂਟਰ ਸਪੀਕਰ ਲਾਉਣਾ ਚਲੋ ਦੋ ਕੰਮ ਨਿਕਲੇ ਨਾ ਨਾ ਕਰਦੇ ਵੀ ਚਲੋ ਬਾਕੀ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਨਾਲ ਓਕੇ ਰਿੰਗ ਹੋ ਗਿਆ ਫਿੱਟ ਹੋਣੇ ਦੇ ਉੱਤੇ ਲੱਗੀਆਂ ਲਾਈਟਸ ਜਿਹੜੀਆਂ ਪ੍ਰੋਪਰ ਕਰੀਦੇ ਆ ਡੱਬਾ ਰਿੰਗ ਲੱਗਾ ਹੋਇਆ ਆ ਹੁਣ ਆਹ ਚੜਾਉਣਾ ਬਹੁਤ ਔਖਾ ਇਹ ਸਾਰੇ ਦੇਖਣੇ ਸੌਖੇ ਆ ਹੈਵੀ ਬੜੇ ਹੁੰਦੇ ਆ ਆਹ ਬੜੀਆਂ ਲਾਈਟਾਂ ਆ ਇਹ ਤਾਂ ਹੋ ਗਈਆਂ ਖਰਾਬ ਇੱਕ ਨੰਬਰ ਆ ਦੋ ਨੰਬਰ ਸੋ ਇਹ ਲੱਗੀਆਂ ਸੋਹਣੀਆਂ ਲੱਗਦੀਆਂ ਜਦੋਂ ਖਲਾਰਾ ਪੈਂਦਾ ਇਹਨਾਂ ਤੋਂ ਗੰਦਾ ਕੁਛ ਨਹੀਂ ਲੱਗਦਾ ਚਲੋ ਕਰਦੇ ਹਾਂ ਹੁਣ ਟਾਇਰ ਚੜਾਉਣੇ ਆ ਸੋਨੂੰ ਭਰਾ ਗਿਆ ਹੋਇਆ ਆਪਣੀ ਸ਼ੋਪ 'ਤੇ ਉਹਦੀ ਸ਼ੋਪ ਹੋ ਰਿਹਾ ਵੈਲਡਿੰਗ ਵਾਲੀ ਆ ਜਿੱਥੋਂ ਅਸੀਂ ਰਿੰਗ ਵੈਲਡ ਕਰਾਈ ਦੇ ਉਹਦੀ ਹੈਗੀ ਆ ਸਟੀਰੋ ਵਾਲੀ ਉਹ ਪਿੱਛੇ ਗਿਆ ਹੋਇਆ ਦੇਖਦੇ ਹਾਂ ਹਲੇ ਆਇਆ ਥੈ ਨਹੀਂ ਉਹਨਾਂ 'ਚ ਆਪ ਕੁਛ ਵੀ ਕਰਦੇ ਹਾਂ ਇਹ ਸਾਲਾ ਟਾਇਰ ਤਸੱਲੀ ਕਰਾਉਣੀ ਇਹਨੇ ਪੂਰੀ ਪੂਰੀ ਆਇਆ ਨਹੀਂ ਉਹਦੇ ਚਲੋ ਕਰਦੇ ਹਾਂ ਕੋਸ਼ਿਸ਼ ਕੰਮ ਦੇਖਿਆ ਹੋਵੇ ਦੇਖਣ ਨੂੰ ਬੜਾ ਸੌਖਾ ਲੱਗਦਾ ਆਹ ਕੰਨ ਫੜ ਲੈ ਜੇ ਅੱਗੇ ਤੋਂ ਇਹ ਦੁਬਾਰਾ ਕਰ ਗਿਆ ਹੁਣ ਨਹੀਂ ਕਰਨਾ ਨਾ ਜਿਹਦਾ ਕੰਮ ਉਹਨੂੰ ਪਤਾ ਭਰਾ ਇਹ ਤਾਂ ਕੰਮ ਬਹੁਤ ਔਖਾ ਯਾਰ ਸ਼ੁਕਰ ਹੈ ਕਿਤੇ ਨੂੰ ਅੱਜ ਕਿਤੇ ਮੈਂ ਉੱਦਾਂ ਹੱਥ ਨਹੀਂ ਪਾ ਲਿਆ ਆਇਓ ਰੱਬਾ ਇੱਥੇ ਤਾਂ ਹੱਥ ਇੰਨੇ ਕਾਲੇ ਹੋ ਗਏ ਸੀ ਮੈਂ ਤਾਂ ਕਿਵੇਂ ਲੱਗਦਾ ਮੈਂ 10 ਮਿੰਟ ਲਾਤੇ ਹੁਣ ਇਹਨਾਂ 'ਚੋਂ ਸਮਾਨ ਕੱਢਣ ਨੂੰ ਚਲੋ ਹੁਣ ਜਾਂਦੇ ਹਾਂ ਸ਼ੋਪ 'ਤੇ ਭਰਾ ਨੂੰ ਸਰਪ੍ਰਾਈਜ਼ ਦੇਣੇ ਕਿ ਭਰਾ ਤੇਰੀ ਸਿੰਪਥੀ ਲਈ ਮੈਂ ਸਟੈਪ ਚੱਕਿਆ ਅਤੇ ਮੇਰੀ ਬੈਂਡ ਵੱਜ ਗਈ ਅੱਜ ਤੋਂ ਬਾਅਦ ਮਰਨਾ ਮਨਜ਼ੂਰ ਆ ਆਹ ਕੰਮ ਕਰਨਾ ਨਹੀਂ ਪੱਕੀ ਗੱਲ ਆ ਹੋਰ ਬਾਹਰ ਗੱਡੀ ਚਲਾਉਣ ਦੀ ਹਿੰਮਤ ਨਹੀਂ ਰਹੀ ਸੋ ਬਾਬੇ ਸ਼ਕਲ ਨਾਲ ਹੁਣ ਕਰਿਓ ਕੰਪਰੋਮਾਈਜ਼ ਤੁਹਾਨੂੰ ਪਤਾ ਹੋਣੇ ਹੋ ਕੇ ਕੀ ਹਟਿਆ ਸੋ ਬਸ ਗੱਲ ਇੰਨੀ ਆ ਕਿ ਕਦੇ ਕਦੇ ਚੀਜ਼ ਨਾਲ ਪਿਆਰ ਇੰਨਾ ਹੁੰਦਾ ਕਿ ਦਿਲ ਕਰਦਾ ਕਿ ਯਾਰ ਆਪੇ ਕੰਮ ਕਰ ਲੈਂਦੇ ਹਾਂ ਕਿਹੜੀ ਗੱਲ ਆ ਸੋ ਬਿਲਡਿੰਗ ਹੋ ਗਿਆ ਹੁਣ ਚੱਲਦੇ ਹਾਂ ਅੱਗੇ ਵਾਲੀ ਸ਼ੋਪ 'ਤੇ ਤੁਹਾਨੂੰ ਦਿਖਾਉਂਦੇ ਹਾਂ
ਕਿੰਨੇ ਕੁ ਦੂਰ ਆ ਕਿਤੇ ਉਹ ਇਹ ਹੈਗੀ ਆ ਜਿੱਥੋਂ ਵੈਲਡ ਕਰਾਇਆ ਤੇ ਚੱਲ ਬਈ ਹੁਣ ਅੱਗੇ ਜਾ ਕੇ ਭਰਾ ਕਹਿੰਦਾ ਵੀ ਇੱਥੇ ਸੈਂਟਰ ਸਪੀਕਰ ਟਿਕਾਉਣਾ ਚਲੋ ਦੇਖਦੇ ਹਾਂ ਕੀ ਗੱਲਬਾਤ ਬਣਦੀ ਆ ਅਤੇ ਕੀ ਨਹੀਂ ਹਾਂਜੀ ਇੱਥੇ ਤਿੰਨ ਚਾਰ ਦੁਕਾਨਾਂ ਅਤੇ ਉਹਨਾਂ ਤੋਂ ਸਾਰੀਆਂ ਤੋਂ ਲੰਘ ਕੇ ਇਹ ਰਿਹਾ ਕਸਟਮ ਕਰੇਜ਼ ਯੇ ਬ੍ਰੋ ਹੁਣ ਇੱਥੇ ਸਾਰਾ ਕੰਮ ਆਪਣਾ ਹੋਜੂਗਾ ਯਾਰ ਅੱਜ ਮੈਂ ਗਾਲ ਕਿਉਂ ਨਹੀਂ ਕੱਢੀ ਕਿਉਂਕਿ ਮੇਰੇ ਨਾਲ ਕੋਈ ਹੈ ਨੀਗਾ ਬਾਕੀ ਲਵ ਯੂ ਆ ਤੁਸੀਂ ਪਿਛਲੇ ਬਲੋਗ 'ਚ ਮੇਰੀਆਂ ਗਾਲਾਂ ਨੂੰ ਇੰਨਾ ਪਿਆਰ ਕੀਤਾ ਦੇਖੋ ਯਾਰ ਮੈਂ ਕੋਈ ਜਾਣ ਕੇ ਗਾਲ ਨਹੀਂ ਕੱਢੀ ਇਟ ਇਜ਼ ਮਾਈ ਲਾਈਕ ਮਦਰ ਟੰਗ ਇਹ ਤਾਂ ਗੁੜਤੀ 'ਚ ਮਿਲਦੀਆਂ ਕਿਹੜਾ ਨਹੀਂ ਕੱਢਦਾ ਬੀਪਾਂ ਲਾ ਕੇ ਪਾਈ ਸੋ ਇਹ ਮਦਰ ਟੰਗ 'ਚ ਮਿਲਦੀਆਂ ਆਪਾਂ ਨੂੰ ਦੇਖੋ ਬੀਪਾਂ ਲਾ ਕੇ ਪਾਈਏ ਉਹ ਕੋਈ ਫਾਇਦਾ ਨਹੀਂ ਆਪਾਂ ਹੈਗੇ ਪੂਰੇ ਨੈਚੁਰਲ ਜਿੱਦਾਂ ਦੇ ਦੇਖਦੇ ਹਾਂ ਜਿੱਦਾਂ ਦੇ ਬੋਲਦੇ ਹਾਂ ਇੱਦਾਂ ਹੀ ਦਿਖਾਵਾਂਗੇ ਨਾ ਕੁਛ ਐਕਟ ਕਰਾਂਗੇ ਨਾ ਕੁਛ ਐਕਟ ਕਰਾਂਗੇ ਜੋ ਨਿਕਲਦਾ ਮੂੰਹ 'ਚੋਂ ਡਾਂਦੇ ਹਾਂ ਕੋਈ ਬੀਪ ਨਹੀਂ ਲਾਉਣੀ ਕੋਈ ਕੁਛ ਨਹੀਂ ਲਾਉਣਾ ਯੂਟਿਊਬ ਚੱਕਦਾ ਚੱਕੀ ਹੈ ਵੀਡੀਓ ਫੇਰ ਕੀ ਹੋਜੂ ਤੁਹਾਡਾ ਫਨ ਹੋਣਾ ਚਾਹੀਦਾ ਜਦ ਤੁਹਾਨੂੰ ਪ੍ਰੋਬਲਮ ਨਹੀਂ ਤੁਸੀਂ ਪਿਛਲੇ ਬਲੌਗ 'ਚ ਇੰਨਾ ਪਿਆਰ ਦਿੱਤਾ ਕਿ ਯਾਰ ਹਾਂ ਪੂਰਾ ਨੈਚੁਰਲ ਆ ਮੈਂ ਕਿਉਂ ਫਿਰ ਕੰਟਰੋਲ ਕਰਾਂ ਯਾਰ ਜਿੰਨਾ ਨੈਚੁਰਲ ਦਿਖੋ ਉੱਨਾ ਵਧੀਆ ਹੁੰਦਾ ਚਲੋ ਬਾਕੀ ਕੋਈ ਨਾਲ ਆਵੇ ਭਰਾ ਆਪਣਾ ਗਾਲਾਂ ਤਾਂ ਫਿਰ ਹੀ ਨਿਕਲਦੀਆਂ ਚਲੋ ਬਾਕੀ ਗੱਡੀ ਦਾ ਕੰਮ ਕਰਾਉਂਦੇ ਹਾਂ ਅੱਜ ਥੋੜ੍ਹਾ ਸੀਰੀਅਸ ਮੂਡ ਆਉਂਦੇ ਹਾਂ ਖੱਪ ਖਾਨੇ ਵਾਲਾ ਨਹੀਂ ਆ ਅਤੇ ਮੈਂ ਕਿਹਾ ਚਲੋ ਗੱਡੀ ਦਾ ਕੰਮ ਹੁੰਦਾ ਆ ਦਿਖਾਉਣੀਆਂ ਸੌਖੀਆਂ ਆ ਲੋਕਾਂ ਨੂੰ ਲੱਗਦਾ ਕਿ ਇਹ ਸਾਰਾ ਕੁਛ ਕਰਨਾ ਸੌਖਾ ਆ ਇਹਨਾਂ ਕੋਲ ਸਾਰਾ ਕੁਛ ਆ ਪਰ ਮੇਨਟੇਨ ਕਰਨੀਆਂ ਸਭ ਤੋਂ ਔਖੀਆਂ ਬਾਬਾ ਜੀ ਕੰਮ ਤੁਸੀਂ ਕਿੰਨਾ ਸੌਖਾ ਕਰੀ ਜਾਂਦੇ ਯਾਰ ਮੇਰਾ ਧੂੰਆਂ ਕੱਢਤਾ ਇਹਨੇ ਯਾਰ ਮੈਂ ਕਿਹਾ ਚੱਲ ਆਪਣੀ ਗੱਡੀ ਆ ਕਰ ਲੈਂਦੇ ਹਾਂ ਮੇਰਾ ਤਾਂ ਮੈਂ ਇੱਦਾਂ ਆ ਇੱਦਾਂ ਨਾ ਮੈਂ ਪਾਨਾ ਘੁਮਾਉਣਾ ਮੇਰਾ ਤਾਂ ਹੱਥ ਆ ਕੇ ਥੱਲੇ ਵੱਜਾ ਫ੍ਰੀ ਹੋ ਗਏ ਮੇਰਾ ਤਾਂ ਹੱਥ ਹੀ ਸੁੱਜ ਗਿਆ ਯਾਰ ਇੱਕ ਆਹ ਤਾਂ ਕੰਮ ਬਹੁਤ ਖਬਰਾ ਨਾ ਪੱਕੀ ਐਡਵਾਈਸ ਆ ਕੋਈ ਪੰਗਾ ਨਾ ਲਿਓ ਮੇਰੇ ਵਾਂਗੂ ਆ ਵੀ 22 ਇੰਚ 24 ਇੰਚ ਨਾਲ ਕਦੇ ਪੰਗਾ ਨਾ ਲਿਓ ਭਰਾਵਾ ਹੱਥ ਛਲ ਸੁੱਟਦੇ ਸਾਰੇ ਚਲੋ ਬਾਕੀ ਕਰੀਏ ਡਨ ਆ ਭਾਈ ਮੇਰੀ ਮਿਹਨਤ ਕਿੱਦਾਂ ਲੱਗੀ ਵਧੀਆ ਲੱਗੀ ਚਲੋ ਵਧੀਆ ਸੋ ਲਾਈਟਾਂ ਦਾ ਕੰਮ ਚੱਲ ਰਿਹਾ ਆ ਯਾਮੇ ਦਾ ਸਪੀਕਰ ਆ ਦਿਖਾ ਦਿੱਤਾ ਵਧੀਆ ਲੱਗਾ ਬਾਕੀ ਸਾਊਂਡ ਕੁਆਲਿਟੀ ਚੈੱਕ ਕਰਕੇ ਆਪਾਂ ਡਨ ਕਰ ਦੇਣਾ ਇੱਕ ਚੀਜ਼ ਇੱਥੇ ਸੋਚਦੇ ਹਾਂ ਘੈਂਟ ਜੀ ਬਾਕੀ ਦੇਖਦੇ ਹਾਂ ਕੀ ਆਪਣਾ ਪਲੈਨ ਬਣਦਾ ਅਤੇ ਕੀ ਨਹੀਂ ਅਤੇ ਬਾਕੀ ਅਪਡੇਸ਼ਨ ਜ਼ਰੂਰ ਕਰਾਉਂਦੇ ਰਿਹਾ ਕਰੋ ਯਾਰ ਟਾਈਮ ਟੂ ਟਾਈਮ ਹਰੇਕ ਮਹੀਨੇ ਮੈਂ ਤਾਂ ਹਰੇਕ ਮਹੀਨੇ ਕਰਾਉਣਾ ਹੀ ਰਹਿੰਦਾ ਚੱਲਦਾ ਰਹਿੰਦਾ ਆਪਣਾ ਪਿਆਰ ਆ ਚੀਜ਼ ਵੀ ਸੋਹਣੀ ਲੱਗਦੀ ਆ ਨਹੀਂ ਵੀ ਸੋਹਣਾ ਲੱਗੇ ਕੋਈ ਚੱਕਰ ਨਹੀਂ ਬਟ ਕਰਾਉਣਾ ਜ਼ਰੂਰ ਚਾਹੀਦਾ ਠੀਕ ਹੈ ਬਾਅਦ ਚਲਾ ਦਿਉ ਫਿਰ ਅਗਲੀ ਚੀਜ਼ ਆਉਂਦੀ ਆ ਟਰੈਂਡ ਫੇਰ ਹੀ ਚਾਲੂ ਹੁੰਦਾ ਇੱਦਾਂ ਟਰੈਂਡ ਕੋਈ ਚਾਲੂ ਨਹੀਂ ਹੁੰਦਾ ਕੁਛ ਵੱਖਰਾ ਕਰੋਗੇ ਤਾਂ ਫੇਰ ਤੁਹਾਡੀ ਗੱਡੀ ਵੱਖਰੀ ਦਿਖੂਗੀ ਸੋ ਭੇਡ ਚਾਲ 'ਚ ਕਦੇ ਨਾ ਤੁਰੋ ਕੁਛ ਨਾ ਕੁਛ ਵੱਖਰਾ ਜ਼ਰੂਰ ਕਰੋ ਅਤੇ ਤਾਂ ਹੀ ਸੋਹਣਾ ਲੱਗਦਾ ਕੰਮ ਅਤੇ ਬਾਕੀ ਹੁਣ ਮੈਨੂੰ ਪਤਾ ਜਾਂਦੇ ਨੇ ਕਹਿਣਾ ਵੀ ਆਪਰੇਸ਼ਨ ਕਰਾਉਣ ਲਈ ਪੈਸੇ ਕਿੱਥੋਂ ਅਤੇ ਹਰੇਕ ਮਹੀਨੇ ਕਿਹੜਾ ਖਰਚੇ ਗੱਡੀ 'ਤੇ ਪੈਸੇ ਯਾਰ ਗੱਲ ਪਤਾ ਕੀ ਆ ਗੱਡੀ ਤੁਸੀਂ ਉਸ ਹਿਸਾਬ ਦੀ ਲਓ ਜਿਹਨੂੰ ਤੁਸੀਂ ਅਫੋਰਡ ਕਰ ਸਕੋ ਪਿੱਛੇ ਮੈਂ ਰੇਂਜ ਵੀ ਲਈ ਸੀ ਸਾਰਾ ਕੁਛ ਚੱਲਦਾ ਰਹਿੰਦਾ ਆਪਰੇਸ਼ਨ ਕਰਦੇ ਰਹੋ ਚਾਹ ਲਾਈ ਦਾ ਚਾਹ ਉਤਾਰਦੀ ਦਾ ਬਸ ਗੱਲ ਖਤਮ ਹੈ ਨਾ ਸੋ ਗੱਡੀਆਂ ਚਾਹ ਚੂ ਲਾਉਂਦੇ ਰਹੋ ਬਟ ਆਹ ਜਿਹੜਾ ਝੋਟਾ ਨਾ ਇਹਦੇ ਅੱਗੇ ਰੇਂਜਾਂ ਵੀ ਫੇਲ ਆ ਸੋ ਜਦੋਂ ਰੇਂਜ ਲਈ ਸੀ ਉਦੋਂ ਮੈਂ ਸੋਚਿਆ ਇਹਨੂੰ ਕੱਢ ਦੂੰਗਾ ਬਟ ਨਹੀਂ ਰੇਂਜ ਤੋਂ ਮੁਕਾਬਲਾ ਨਹੀਂ ਹੋਇਆ ਯਾਰ ਸੀਰੀਅਸਲੀ ਨਹੀਂ ਹੋਇਆ ਮੈਂ ਲੇ ਵੀ ਲੈ ਗਿਆ ਸੀ ਹੁਣ ਜਨਤਾ ਕਹਿੰਦੀ ਸੀ 20 ਇੰਚ ਪਾ ਕੇ ਵੀ ਲੇ ਨਹੀਂ ਲੈ ਕੇ ਜਾ ਸਕਦਾ ਤਾਂ ਮੈਂ 22 ਇੰਚ ਪਾ ਕੇ ਲੈ ਗਿਆ ਠੀਕ ਆ ਅਤੇ ਲਿਟਰਲੀ 1% ਵੀ ਸਾਨੂੰ ਇਹ 'ਚ ਪ੍ਰੋਬਲਮ ਨਹੀਂ ਆਈ ਸਾਨੂੰ ਆਪਣੇ ਆਪ 'ਚ ਪ੍ਰੋਬਲਮ ਆ ਗਈ ਪਰ ਗੱਡੀ ਨੇ ਧੋਖਾ ਨਹੀਂ ਦਿੱਤਾ ਸੋ ਰੇਂਜ ਨੂੰ ਮੈਂ ਸ਼ਿਮਲੇ ਲੈ ਗਿਆ ਮੈਨੂੰ ਉਹ 'ਚ ਬੜੀ ਪ੍ਰੋਬਲਮ ਆ ਗਈ ਸੀ ਬਟ ਇਹਨੂੰ ਮੈਂ ਲੇਹ ਤੱਕ ਵੀ ਲੈ ਗਿਆ ਆਫ ਰੋਡ ਪੂਰਾ ਠੋਕ ਕੇ ਕਰਾਇਆ ਤਾਂ ਵੀ ਕੋਈ ਪ੍ਰੋਬਲਮ ਨਹੀਂ ਰਹੀ ਸੋ ਇਹੀ ਚੀਜ਼ ਹੁੰਦੀ ਆ ਕਿ ਤੁਹਾਡੇ ਚੁਆਇਸ ਕਿੱਦਾਂ ਦੀ ਆ ਤੁਹਾਡੀ ਪਛਾਣ ਕਿੱਦਾਂ ਦੀ ਆ ਉਹ ਹਿਸਾਬ ਨਾਲ ਤੁਹਾਨੂੰ ਗੱਡੀ ਰੱਖਣੀ ਪੈਂਦੀ ਆਪਣੇ ਲਈ ਇਹ ਸਭ ਤੋਂ ਘੈਂਟ ਆ ਸੋ ਬਾਕੀ ਹੁਣ ਜੋ ਅੱਗੇ ਅੱਗੇ ਕੰਮ ਹੁੰਦਾ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਫਿਰ ਦੱਸਿਓ ਕਮੈਂਟ 'ਚ ਕਿਵੇਂ ਲੱਗਿਆ ਸੋ ਫਾਈਨਲੀ ਬਾਹਰ ਘੋੜਾ ਵੀ ਲੱਗ ਗਿਆ ਲਾਈਟਾਂ ਵਾਲਾ ਵੀ ਹੋ ਗਿਆ ਅਤੇ ਆਹ ਸਪੀਕਰ ਵੀ ਲੱਗ ਗਿਆ ਸੋ ਸਾਊਂਡ ਤੁਹਾਨੂੰ ਸੁਣਾ ਨਹੀਂ ਸਕਦੇ ਕਾਪੀ ਰਾਈਟ ਆ ਜਾਏਗਾ ਤੋ ਬਾਤ ਐਸੀ ਹੈ ਕੈਸੀ ਵੈਸੀ ਹੈ ਬਾਤ ਕੈਸੀ ਹੈ 2 ਮਿੰਟ ਮਿਊਜ਼ਿਕ ਨਾਲ ਚੱਲ ਪਈ ਅਤੇ ਬਸ ਇਹ ਹੋ ਗਿਆ ਕੰਮ ਹੁਣ 2-3 ਕੰਮ ਰਹਿ ਗਿਆ ਆਪਣਾ ਵੀਲ ਬੈਲੈਂਸਿੰਗ ਰਹਿ ਗਿਆ ਅਤੇ ਅਲਾਈਨਮੈਂਟ ਰਹਿ ਗਿਆ ਅਤੇ ਇੱਕ ਹੱਬਾ 'ਤੇ ਪੇਂਟ ਮਾਰਨਾ ਉਹ ਰਹਿ ਗਿਆ ਅਤੇ ਇੱਕ ਵੀਲਾਂ 'ਤੇ ਸਟਿੱਕਰ ਲਵਾਉਣਾ ਰਹਿ ਗਿਆ ਅਤੇ ਕੰਮ ਯਾਰ ਬਹੁਤ ਨਿਕਲੇ ਹੁੰਦੇ ਸਾਲਾ ਲਿਮਿਟਡ ਜਿਹਾ ਕਰਾਉਣੇ ਪੈਂਦੇ ਕਿ ਚਲੋ ਠੀਕ ਹੈ ਇੰਨੇ ਕੁ ਚੱਲਦੇ ਆ ਕੰਮ ਨਹੀਂ ਮੁੱਕਦੇ ਗੱਡੀਆਂ ਦੇ ਸ਼ੌਂਕ ਪਾਲਣੇ ਸੌਖੇ ਆ ਪੂਰੇ ਕਰਨੇ ਔਖੇ ਆ ਹਾਂ ਇਹੀ ਚੀਜ਼ ਹੁੰਦੀ ਆ ਸੋ ਪੂਰੇ ਤਾਂ ਕਰ ਲਈਦੇ ਆ ਪਰ ਟਾਈਮ ਨਹੀਂ ਯਾਰ ਹੁੰਦਾ ਟਾਈਮ ਦੇ ਹਿਸਾਬ ਨਾਲ ਨਾ ਰੀਝਾਂ ਤਾਂ ਮੁੱਕਦੀ ਨਹੀਂ ਚਲੋ ਅਗਲੀ ਡੈਸਟੀਨੇਸ਼ਨ 'ਤੇ
ਸੋ ਆਫਟਰ ਸਰਵਿਸ ਇਹਦਾ ਇੰਨਾ ਤਾਂ ਕਰਨਾ ਬਣਦਾ ਹੀ ਆ ਹਰ ਰੋਜ਼ ਹਰ ਰੈਗੂਲਰ ਵੀਲ ਬੈਂਸਿੰਗ ਵੀ ਹੋ ਗਈ ਆ ਅਲਾਈਨਮੈਂਟ ਵੀ ਹੋ ਗਈ ਆ ਸੋ ਹੁਣ ਪੂਰੀ ਰੈਡੀ ਆ ਗੱਡੀ ਹੁਣ 10,000 ਕਿਲੋਮੀਟਰ ਤੱਕ ਕਰਨ ਦੀ ਕੁਛ ਵੀ ਇਹਨੂੰ ਛੇੜਨ ਦੀ ਲੋੜ ਨਹੀਂ ਆ ਸੋ ਬਾਕੀ ਇੰਜੋਏ ਕਰਦੇ ਹੁਣ 10,000 ਕਿਲੋਮੀਟਰ ਬਿਲਕੁਲ ਬਿਲਕੁਲ ਬਈ ਵਧੀਆ ਹੋ ਗਿਆ ਯਾਰ ਨਹੀਂ ਪੱਟ ਹੁੰਦੇ ਚਲੋ ਸਹੀ ਆ ਹੋਲਡ ਠੀਕ ਆ ਸਾਰੇ ਲੱਗ ਗਏ ਠੀਕ हाँ जी सो वीडियो एंड करन दा उदन भुल गया चेता सो आप नैक्सट डे हुण वीडियो एडिट कर रहे हैं सो जो आप निकले उत्तों स्टीरियो शॉप तो आप व्हील बैंसिंग अलाइनमेंट करा रही से उत्तों बस स्टिकर शॉप ते गए व्हील बैंसिंग अलाइनमेंट ते कुछ पंगा जिहा हो गया सी उहदे करके उत्ते क्लिप्स नहीं ऐड होईआं सो जिहड़ा स्टिकर वाली शॉप ते उत्तों भी दिमाग थोड़ा खराब सी सो ब्लॉग किदां लगा जिन्ना भी बणिआ सो दस दिओ ते बाकी अगे तो तुहाडे इंटरटेनमेंट का ख्याल बहुत चंगी तरह रखा जाएगा ये जस्ट एक थोड़ी एक दिखाया कि हाँ जी गड्डिया के काम किदा 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 कराई दे सो बस यही सी अगे तो जो गला तुसी मिस की मेरे ब्लॉग से जरूर दस्यो अगे तो आप खास ध्यान रखांगे थैंक यू थोड़ा पैवर रंधावा जिवें लगे ब्लॉग जरूर दस्यो कमेंट लाइक एंड सबसक्राइब जरूर करो बाकी पिछले ब्लॉग लिए भी थैंक यू इस ब्लॉग में भी ठोक के प्यार दो थैंक यू।